ਸ੍ਰੀ ਸ਼ਿਕਾਜੀ ਮੈਲ ਅਪ੍ਰਿਤਕੌਰ ਹਾਜ਼ਰਾਂਜੀ ਗੁਰਵਿੰਦਰ ਸਰਸਿਨੀ ਦੁਆਰਾ ਲਿਖਿਆ ਗਿਆ ਨਾਵਲ ਮੰਦਪਾਗੀ ਕਰਮੋ ਦਾ ਦੂਜਾ ਵਿਆਹ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਤੇ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਰਮੋ ਦਾ ਨਮਾ ਨਮਾ ਵਿਆਹ ਹੋਇਆ ਸੀ ਤੇ ਉਹ ਤੇ ਉਸ ਦਾ ਪਤੀ ਦਵਿੰਦਰ ਦੋਵੇਂ ਬਹੁਤ ਖੁਸ਼ੀ ਖੁਸ਼ੀ ਰਹਿ ਰਹੇ ਸੀ ਕਰਮੋ ਦੇ ਪਰਿਵਾਰ ਨੂੰ ਵੀ ਬੜਾ ਚਾਹ ਸੀ ਕਿ ਮੁੰਡਾ ਬਹੁਤ ਸੋਹਣਾ ਸਨੱਖਾ ਤੇ ਲਾਇਕ ਮਿਲਿਆ ਹੈ ਵਿਆਹ ਹੋਏ ਨੂੰ ਹਲੇ 5 ਕ ਮਹੀਨੇ ਹੀ ਹੋਏ ਸੀ ਕਿ ਕਰਮੋ ਸਾਰੇ ਘਰ ਦਾ ਕੰਮ ਇਕੱਲੇ ਹੀ ਸੰਭਾਲਣ ਲੱਗ ਪਈ ਸੀ ਕਰਮੋ ਜਮੀਦਾਰਾਂ ਦੇ ਘਰਾਂ ਦੀ ਵੀ ਆਹੀ ਸੀ 12-12 ਕੰਮਿਆਂ ਦੀਆਂ ਰੋਟੀਆਂ ਝਾੜੂ ਪੂੰਛੇ ਦਾ ਕੰਮ ਆਪ ਕਰਨਾ ਤੇ ਦੂਜੇ ਪਾਸੇ ਤਾਂ ਸੱਸ ਥੋੜਾ ਬਿਮਾਰ ਰਹਿੰਦੀ ਸੀ ਇਸ ਕਰਕੇ ਸੱਸ ਤੋਂ ਵੀ ਕੋਈ ਕੰਮ ਨਹੀਂ ਸੀ ਹੁੰਦਾ ਸੱਸ ਦਾ ਕੰਮ ਸੀ ਕਰਮੋ ਨੂੰ ਬੁਲਾ ਕੇ ਜਿਹੜਾ ਕੰਮ ਰਹਿ ਰਿਹਾ ਹੁੰਦਾ ਸੀ ਉਹ ਪੂਰਾ ਕਰ ਲਿਆ ਕਰਨਾ ਕਰਮੋ ਦਾ ਪਤੀ ਦਵਿੰਦਰ ਸਾਰਾ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਸੀ। ਇੱਥੇ ਲਗਭਗ ਕਰਮੋ ਦੀ ਜ਼ਿੰਦਗੀ ਬਹੁਤ ਜ਼ਿਆਦਾ ਅਤੇ ਕੰਮਾਂ ਵਿੱਚ ਮਸ਼ਰੂਫ ਚੱਲ ਰਹੀ ਸੀ। ਅਚਾਨਕ ਹੀ ਦਵਿੰਦਰ ਕੋਈ ਸਮਾਨ ਲੈਣ ਲਈ ਬਾਜ਼ਾਰ ਗਿਆ ਹੋਇਆ ਸੀ। ਆਉਂਦੇ ਹੋਏ ਦਵਿੰਦਰ ਦਾ ਇੱਕ ਵੱਡੇ ਟਰੱਕ ਦੇ ਨਾਲ ਬਹੁਤ ਭਿਆਨਕ ਹਾਦਸਾ ਹੋ ਗਿਆ। ਕਿਸੇ ਨੇ ਫੋਨ ਕਰਕੇ ਘਰ ਨੂੰ ਇਹ ਖ਼ਬਰ ਪਹੁੰਚਾਈ। ਦਵਿੰਦਰ ਦਾ ਬਹੁਤ ਭਿਆਨਕ ਐਕਸੀਡੈਂਟ ਹੋ ਚੁੱਕਿਆ ਹੈ। ਜਦੋਂ ਕਰਮੋ ਨੇ ਇਹ ਗੱਲ ਸੁਣੀ ਤਾਂ ਉਸ ਦੀ ਅੰਦਰਲੀ ਧੜਕਣ ਰੁਕ ਗਈ। ਤੇ ਲੰਮਾ ਸਾਹ ਲੈ ਕੇ ਪੁੱਛਿਆ ਕਿ ਉਹ ਹੁਣ ਕਿੱਥੇ ਹਨ ਤਾਂ ਦੱਸ ਪਾਈ ਗਈ ਕਿ ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਹਾਦਸਾ ਇੰਨਾ ਭਿਆਨਕ ਸੀ ਦਵਿੰਦਰ ਦਾ ਸਾਰਾ ਮੋਟਰਸਾਈਕਲ ਟੁੱਟ ਚੁੱਕਾ ਸੀ ਤੇ ਟਰੱਕ ਵਾਲਾ ਟੱਕਰਾਂ ਮਾਰ ਕੇ ਪਾ ਚੁੱਕਿਆ ਸੀ ਕਿਸੇ ਵੀਰ ਨੇ ਹੌਸਲਾ ਵਖਾ ਕੇ ਦਵਿੰਦਰ ਨੂੰ ਆਪਣੀ ਗੱਡੀ ਵਿੱਚ ਲੱਦ ਕੇ ਚੰਡੀਗੜ੍ਹ ਹਸਪਤਾਲ ਵਿੱਚ ਪਹੁੰਚਾ ਦਿੱਤਾ ਸੀ ਜਦੋਂ ਕਰਮੋ ਹਸਪਤਾਲ ਪਹੁੰਚੀ ਕਉਸਤੂ ਦਵਿੰਦਰ ਦੀ ਹਾਲਤ ਦੇਖੀ ਨਾ ਗਈ। ਲੀੜੇ ਪਾਟੇ ਹੋਏ ਸੀ, ਸਿਰ ਦੀ ਪਗੜੀ ਟੇਟੀ ਡਿੱਗੀ ਹੋਈ ਸੀ। ਦਵਿੰਦਰ ਨੂੰ ਕੁਝ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ ਇਸ ਹਾਲਤ ਵਿੱਚ ਸੀ। ਜਦੋਂ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ਤੇ ਲਾਇਆ ਤਾਂ ਉਸ ਤੇ ਥੋੜੇ ਥੋੜੇ ਸਾਹ ਚੱਲ ਰਹੇ ਸੀ। ਲੋਕਾਂ ਨੇ ਜਲਦੀ ਜਲਦੀ ਉਸ ਦੇ ਮੂੰਹ ਵਿੱਚ ਸਾਹ ਦੀ ਨਾਲੀ ਪਾ ਦਿੱਤੀ ਅਤੇ ਪਹਿਲਾਂ ਪਹਿਲਾਂ ਡਾਕਟਰ ਹੱਥ ਵਾਲੇ ਪੰਪ ਨਾਲ ਦਬਾ ਕੇ ਉਸ ਨੂੰ ਸਾਵਾ ਰਹੇ ਸੀ। ਅਤੇ ਫਿਰ ਡਾਕਟਰ ਨੇ ਕਰਮ ਨੂੰ ਉਹ ਪੰਪ ਫੜਾ ਦਿੱਤਾ। ਅਤੇ ਕਿਹਾ ਕਿ ਜਰੋਂ ਤੱਕ ਦਵਿੰਦਰ ਨੂੰ ਹੋਸ਼ ਨਹੀਂ ਆਉਂਦਾ ਇਹ ਪੰਪ ਮਾਰਨੂ ਨਾ ਹਟੇ ਸਾਰੀ ਰਾਤ ਗੁਜ਼ਰ ਗਈ ਕਰਮੋ ਵਿਚਾਰੀ ਸਾਰੀ ਰਾਤ ਪੰਪ ਮਾਰਦੀ ਰਹੀ ਉਸ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਪਤੀ ਨੂੰ ਖੋਹ ਦੇਣ ਦਾ ਦਰਦ ਚਲਕ ਰਿਹਾ ਸੀ ਡਾਕਟਰ ਵਾਰੀ-ਵਾਰੀ ਆਉਂਦਾ ਤੇ ਵੇਖ ਕੇ ਅਤੇ ਇੰਜੈਕਸ਼ਨ ਲਾ ਕੇ ਮੁੜ ਜਾਂਦਾ ਕਰਮੋ ਜਿੱਦੜ ਵੀ ਵੇਖਦੀ ਸੀ ਪੀਜੀਆਈ ਵਿੱਚ ਜ਼ਿਆਦਾਤਰ ਬੰਦਿਆਂ ਦੇ ਵੈਂਟੀਲੇਟਰ ਲੱਗੇ ਹੋਏ ਸਨ ਕਰਮੋ ਦੇ ਸਾਈਡ ਵਾਲੇ ਬੈੱਡ ਤੇ ਇੱਕ ਬਹੁਤ ਤਿੱਖੀ ਚੀਕ ਸੁਣਾਈ ਦਿੱਤੀ ਕਰਮੋ ਨੇ ਜਦ ਦੇਖਿਆ ਇੱਕ ਔਰਤ ਆਪਣੇ ਪਤੀ ਦੀ ਲਾਸ਼ ਉੱਤੇ ਹੱਥ ਮਾਰ ਮਾਰ ਕੇ ਰੋ ਰਹੀ ਸੀ ਸਾਰਾ ਪੀਜੀਆ ਇਦਾਂ ਦੇ ਮਰੀਜ਼ਾਂ ਨਾਲ ਭਰਿਆ ਹੋਇਆ ਸੀ ਇਹ ਸਭ ਕੁਝ ਦੇਖ ਕੇ ਕਰਮੋ ਦਾ ਦਿਲ ਵੀ ਬਹੁਤ ਡਰ ਚੁੱਕਿਆ ਸੀ ਪਤਾ ਨਹੀਂ ਅੱਗੇ ਕੀ ਬਣੂੰਗਾ ਕਰਮੋ ਨੇ ਵੀ ਦਿਲ ਵਿੱਚ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ हे ਰੱਬਾ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੇ ਦਵਿੰਦਰ ਨੂੰ ਬਚਾ ਲੈ ਜੇਕਰ ਤੂੰ ਕਿਤੇ ਨਾ ਕਿਤੇ ਹਾਜ਼ਰ ਨਾਜ਼ਰ ਹੈਂ ਫਿਰ ਅਗਲੀ ਰਾਤ ਗੁਜ਼ਰ ਗਈ ਅਗਲੀ ਰਾਤ ਗੁਜ਼ਰਨ ਤੇ ਹੀ ਪਤਾ ਨਹੀਂ ਕਿੰਨੀਆਂ ਨਰਸਾਂ ਦਵਿੰਦਰ ਨੂੰ ਦਵਾਈ ਦੇ ਚੁੱਕੀਆਂ ਸਨ ਇੱਕ ਇੱਕ ਪਲ ਕੱਟਣਾ ਬਹੁਤ ਔਖਾ ਹੋ ਰਿਹਾ ਸੀ ਕਰਮੋ ਵਾਸਤੇ ਕਰਮੋ ਮਨ ਹੀ ਮਨ ਵਿੱਚ ਸੋਚ ਰਹੀ ਸੀ ਪਤਾ ਨਹੀਂ ਕੁਦਰਤ ਨੂੰ ਕੀ ਪਰਵਾਨ ਹੋਵੇਗਾ ਅੱਗੇ ਕੀ ਹੋਵੇਗਾ ਤਿੰਨ ਦਿਨ ਗੁਜ਼ਰਨ ਤੋਂ ਬਾਅਦ ਚੌਥਾ ਦਿਨ ਸ਼ੁਰੂ ਹੋ ਚੁੱਕਿਆ ਸੀ ਚੌਥੇ ਦਿਨ ਵੀ ਦਵਿੰਦਰ ਨੂੰ ਹੋਸ਼ ਨਹੀਂ ਆਇਆ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਸੀ ਕਿਸੇ ਨੂੰ ਅੰਦਰ ਵੜਨ ਦਿੱਤਾ ਜਾ ਰਿਹਾ ਸੀ ਕਿਸੇ ਨੂੰ ਬਾਹਰ ਤੋਂ ਤੋੜ ਦਿੱਤਾ ਜਾਂਦਾ ਸੀ ਕਰਮੋ ਦਾ ਪਰਿਵਾਰ ਵੀ ਦਵਿੰਦਰ ਨੂੰ ਮਿਲਣ ਵਾਸਤੇ ਆਇਆ ਸੀ ਦਵਿੰਦਰ ਬੇਹੋਸ਼ ਤਿੰਨ ਦਿਨਾਂ ਤੋਂ ਹੱਥ ਵਾਲਾ ਪੰਪ ਮਾਰ-ਮਾਰ ਕੇ ਦਿਲ ਦੀਆਂ ਧੜਕਣਾਂ ਨੂੰ ਹੋਸ਼ ਆ ਰਹੇ ਸੀ ਜਦੋਂ ਕਰਮੋ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਬਾਹਰ ਗਈ ਹੋਈ ਸੀ ਤਾਂ ਹਲੇ ਗੱਲ ਹੀ ਕਰ ਰਹੀ ਸੀ ਤਾਂ ਪਿੱਛੋਂ ਇੱਕ ਆਵਾਜ਼ ਆਈ ਇੱਕ ਬਜ਼ੁਰਗ ਮਾਤਾ ਦੀ हे ਭਾਈ ਫਲਾਨੇ ਬੈੱਡ ਦੇ ਨੇੜੇ ਤੁਹਾਡਾ ਹੀ ਮਰੀਜ਼ ਹੈ ਕਰਮੋ ਨੇ ਛੱਟ ਕਿਹਾ ਹਾਂ ਮਾਤਾ ਉਹ ਮੇਰਾ ਪਤੀ ਹੀ ਆ ਮਾਤਾ ਨੇ ਕਿਹਾ ਕਿ ਉਹਦੇ ਕੋਲ ਜਾਓ ਮੈਨੂੰ ਕੋਈ ਗੜਬੜ ਲੱਗ ਰਹੀ ਆ ਮੈਨੂੰ ਇੰਜ ਲੱਗ ਰਿਹਾ ਕਿ ਉਸ ਦਾ ਸਰੀਰ ਬਿਲਕੁਲ ਹਿੱਲਣ ਜੁਲਣ ਤੋਂ ਹਟ ਗਿਆ ਹੈ ਕਰਮੋ ਨੇ ਗੱਲਬਾਤ ਪਿੱਛੇ ਹੀ ਛੱਡ ਕੇ ਇੱਕਦਮ ਜਾਣਾ ਸ਼ੁਰੂ ਕੀਤਾ ਤੇ ਕਰਮੋ ਨੇ ਫਿਰ ਪੰਪ ਮਾਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਕੋਈ ਫਾਇਦਾ ਨਹੀਂ ਸੀ ਇਹ ਕੰਮ ਕਰਨ ਦਾ ਕਿਉਂਕਿ ਦਵਿੰਦਰ ਕਰਮੋ ਦੀ ਜ਼ਿੰਦਗੀ ਨੂੰ লাশ ਬਣਾ ਕੇ ਤੁਰ ਚੁੱਕਿਆ ਸੀ ਪਿਛਲੇ 6 ਮਹੀਨੇ ਹੋਏ ਸੀ ਵਿਆਹ ਹੋਏ ਨੂੰ ਪਤਾ ਨਹੀਂ ਕੀ ਹੋਣਾ ਹੁਣ ਕਰਮੋ ਜ਼ੋਰ-ਜ਼ੋਰ ਕੀ ਤਾਹਾਂ ਮਾਰ ਕੇ ਰੋਣ ਲੱਗ ਪਈ ਉਸ ਦਾ ਪਰਿਵਾਰ ਵੀ ਅੰਦਰ ਆ ਗਿਆ ਤੇ ਉਸ ਨੂੰ ਹੌਸਲਾ ਦੇਣ ਲੱਗ ਪਏ ਅਤੇ ਉਸ ਦੇ ਪਰਿਵਾਰ ਵਿੱਚ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਦਵਿੰਦਰ ਦੀ ਮਾਂ ਦੀ ਹਾਲਤ ਦੇਖਣਯੋਗ ਨਹੀਂ ਸੀ ਕਿਉਂਕਿ ਉਸ ਦੀ ਸੁੱਧ-ਬੁੱਧ ਸਾਰੀ ਦੀ ਸਾਰੀ ਦਵਿੰਦਰ ਨਾਲ ਲੈ ਗਿਆ ਸੀ ਦਵਿੰਦਰ ਦੇ ਜਿੰਨੇ ਵੀ ਯਾਰ ਦੋਸਤ ਸਨ ਉਹ ਸਾਰੇ ਦੇ ਸਾਰੇ ਹਸਪਤਾਲ ਵਿੱਚ ਇਕੱਠੇ ਹੋ ਗਏ ਅਤੇ ਸਾਰਿਆਂ ਦੀਆਂ ਅੱਖਾਂ ਵਿੱਚ ਅਥਰੂ ਟਪਕ ਰਹੇ ਸੀ ਅਤੇ ਉਹ ਸਾਰੀਆਂ ਪੁਰਾਣੀਆਂ ਯਾਦਾਂ ਯਾਦ ਕਰਕੇ ਰੋ ਰਹੇ ਸੀ ਜਦੋਂ ਕੋਈ ਬਹੁਤ ਸਿਆਣਾ ਜਵਾਨ ਪੁੱਤ ਦੁਨੀਆ ਵਿੱਚੋਂ ਚਲਿਆ ਜਾਂਦਾ ਹੈ ਉਸਦੇ ਗੁਣਾਂ ਨੂੰ ਯਾਦ ਕਰਕੇ ਹਰ ਇੱਕ ਬੰਦੇ ਨੂੰ ਤਕਲੀਫ ਹੁੰਦੀ ਆ ਨਾ ਅਸਹਿਨ ਜੋਗ ਹੋ ਜਾਂਦੀ ਹੈ ਦਵਿੰਦਰ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਬਹੁਤ ਖੱਜਲਖੁਆਰੀ ਤੋਂ ਬਾਅਦ ਦਵਿੰਦਰ ਦਾ ਸਰੀਰ ਉਹਨਾਂ ਦੇ ਘਰ ਦੇਆਂ ਨੂੰ ਸੌਪ ਦਿੱਤਾ ਗਿਆ ਤੇ ਕਰਮ ਨੂੰ ਬਹੁਤ ਔਖਾ ਗੱਡੀ ਵਿੱਚ ਬਿਠਾਇਆ ਅਤੇ ਸਾਰਾ ਪਰਿਵਾਰ ਰਸਤੇ ਵਿੱਚ ਰੋਂਦਾ ਰੋਂਦਾ ਘਰ ਨੂੰ ਪਰਤ ਰਿਹਾ ਸੀ ਕਰਮੋ ਦੇ ਪਰਿਵਾਰ ਇਹ ਸੋਚ ਅੰਦਰੋਂ ਅੰਦਰ ਖਾ ਰਹੀ ਸੀ ਕਿ ਹੁਣ ਅਸੀਂ ਆਪਣੀ ਧੀ ਵਾਸਤੇ ਕਿਹੜਾ ਸਾਖ ਲੱਭਾਂਗੇ ਪਰ ਨਹੀਂ ਅੱਗੇ ਕੀ ਮੁਕੱਦਰ ਹੋਣਗੇ ਸਾਡੀ ਧੀ ਦੇ ਕਰਮੋ ਦੀ ਜ਼ਿੰਦਗੀ ਵਿੱਚ ਸਭ ਕੁਝ ਮੁੱਕ ਚੁੱਕਿਆ ਸੀ ਕਿਉਂਕਿ ਕਰਮੋ ਦੇ ਵਿਆਹ ਨੂੰ ਹਲੇ 6 ਮਹੀਨੇ ਹੋਏ ਸੇ ਅਤੇ ਨਾ ਹੀ ਕਰਮੋ ਦੇ ਕੋਲ ਕੋਈ ਔਲਾਦ ਸੀ ਜਿਸ ਦੇ ਸਹਾਰੇ ਉਹ ਅਗਲੀ ਜ਼ਿੰਦਗੀ ਕੱਟ ਸਕੇ ਕਰਮੋ ਦੇ ਮਨ ਵਿੱਚ ਇੰਨੀਆਂ ਯਾਦਾਂ ਪੜ ਚੁੱਕੀਆਂ ਸਨ ਤੇ ਉਹਨਾਂ ਯਾਦਾਂ ਨੂੰ ਮਿਟਾਉਣਾ ਅਸੰਭਵ ਜਿਹਾ ਹੋ ਚੁੱਕਿਆ ਸੀ ਹਾਲੇ ਦਵਿੰਦਰ ਦੀ ਮੌਤ ਨੂੰ ਇੱਕ ਹਫ਼ਤਾ ਹੋ ਗਿਆ ਸੀ ਅਤੇ ਦੂਜੇ ਪਾਸੇ ਕਰਮੋ ਦੇ ਦੂਜੇ ਸਾਕ ਲਈ ਗੱਲਾਂ ਹੋਣ ਲੱਗ ਪਈਆਂ ਸਨ ਸਭ ਤੋਂ ਵੱਡੀ ਤਕਲੀਫ ਇੱਕ ਮੁਟਿਆਰ ਨੂੰ ਹੁੰਦੀ ਆ ਜਦੋਂ ਉਹ ਆਪਣੇ ਵਸੇ ਹੋਏ ਬਹੁਤ ਸੁੰਦਰ ਘਰ ਨੂੰ ਛੱਡ ਕੇ ਦੂਜੀ ਘਰ ਜਾਵੇ ਇਹ ਇੱਕ ਨਾ ਸਹਿਣਯੋਗ ਦਰਦ ਹੁੰਦਾ ਜਿਸ ਕਾਰਨ ਉਹ ਵੀ ਅੰਦਰੋਂ ਅੰਦਰੀ ਸੁੱਕਦੀ ਜਾ ਰਹੀ ਸੀ ਕਰਮੋ ਨੂੰ ਦਵਿੰਦਰ ਦੀ ਮੌਤ ਤੋਂ ਬਾਅਦ ਉਸਦੇ ਘਰ ਵਿੱਚ ਰਹਿੰਦੇ ਹੋਏ ਹਲੇ 1 ਮਹੀਨਾ ਹੀ ਹੋਇਆ ਸੀ ਤਾਂ ਦਵਿੰਦਰ ਦੀ ਮਾਂ ਨੂੰ ਇੰਜ ਲੱਗਿਆ ਕਿ ਪਿੰਡ ਦੇ ਲੋਕ ਕਰਮੋ ਨੂੰ ਸਹੀ ਅੱਖ ਦੇ ਨਾਲ ਨਹੀਂ ਦੇਖ ਰਹੇ ਸੀ ਕਿਉਂ ਨਾ ਮੈਂ ਕਰਮ ਨੂੰ ਸਮਝਾ ਕੇ ਉਸੇ ਦੂਜੇ ਵਿਆਹ ਬਾਰੇ ਗੱਲ ਕਰਾਂ ਦਵਿੰਦਰ ਦੀ ਮਾਂ ਬਹੁਤ ਸਮਝਦਾਰ ਸੀ ਅਤੇ ਬਹੁਤ ਹਲੇਮੀ ਵਾਲੀ ਔਰਤ ਸੀ ਕਿਉਂਕਿ ਇੱਕ ਔਰਤ ਹੀ ਦੂਜੀ ਔਰਤ ਦਾ ਦੁੱਖ ਜਾਣ ਸਕਦੀ ਹੈ ਤਾਂ ਦਵਿੰਦਰ ਦੀ ਮਾਂ ਨੇ ਕਰਮੋਂ ਦੇ ਪੇਕਿਆਂ ਵਿੱਚ ਗੱਲ ਕੀਤੀ ਪਰ ਕਰਮੋ ਇਸ ਗੱਲ ਨਾਲ ਸਹਿਮਤ ਨਹੀਂ ਹੋ ਰਹੀ ਸੀ ਕਿ ਉਹ ਦਵਿੰਦਰ ਦੇ ਘਰ ਨੂੰ ਛੱਡ ਕੇ ਕਿਸੇ ਹੋਰ ਘਰ ਵਿੱਚ ਜਾਵੇ ਕਰਮ ਨੂੰ ਇੱਕ ਹੀ ਦੁੱਖ ਸਤਾ ਰਿਹਾ ਸੀ ਕੇ ਪਹਿਲਾ ਪੇਕੇ ਘਰ ਵਿੱਚ 25 ਸਾਲ ਬਤੀਤ ਕੀਤੇ ਅਤੇ ਉਸ ਤੋਂ ਬਾਅਦ ਦਵਿੰਦਰ ਮੈਨੂੰ ਛੱਡ ਕੇ ਚਲਾ ਗਿਆ ਹੁਣ ਜੇ ਮੈਂ ਦੂਜਾ ਵਿਆਹ ਕਰਾਂਗੀ ਤਾਂ ਪਤਾ ਨਹੀਂ ਕਿਸ ਸੁਭਾਗਾ ਇਨਸਾਨ ਮੇਰੇ ਪੱਲੇ ਪਵੇਗਾ ਕਿਉਂਕਿ ਬਹੁਤ ਘੱਟ ਖੁਸ਼ਕਿਸਮਤ ਉਹ ਮੁਟਿਆਰਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹਨਾਂ ਦੇ ਪਤੀ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਕਰਮੋ ਦੇ ਫੋਨ ਤੇ ਘੰਟੀ ਵੱਜੀ ਅਤੇ ਜਦ ਕਰਮੋ ਨੇ ਵੇਖਿਆ ਕਿ ਇਹ ਫੋਨ ਉਸਦੀ ਮਾਂ ਦਾ ਹੈ ਤਾਂ ਕਰਮੋ ਦਾ ਦਿਲ ਨਹੀਂ ਕਰ ਰਿਹਾ ਸੀ ਕਿ ਉਸ ਫੋਨ ਨੂੰ ਚੁੱਕੇ ਪਰ ਫਿਰ ਵੀ ਕਰਮੋ ਨੇ ਮਨ ਨੂੰ ਮਾਰਦੇ ਹੋਏ ਉਸ ਫੋਨ ਨੂੰ ਚੁੱਕ ਲਿਆ ਅਤੇ ਕੁਝ ਤਿਰ ਕਰਮੋ ਦੇ ਮੂੰਹ ਵਿੱਚੋਂ ਆਵਾਜ਼ ਨਾ ਨਿਕਲੀ ਕਰਮੋ ਸੋਚ ਰਹੀ ਸੀ ਕਿ ਕੀ ਬੋਲਾਂ ਤੇ ਕੀ ਨਾ ਬੋਲਾਂ ਮਾਂ ਦੇ ਨਾਲ ਗੱਲ ਕਰਦੇ ਹੋਏ ਗਲਪਾਰਿਆ ਅੰਦਰੋਂ ਅੰਦਰੀ ਭੋਬਾ ਮਾਰ-ਮਾਰ ਕੇ ਸਮੁੰਦਰ ਛੱਲਾ ਮਾਰ ਰਿਹਾ ਸੀ ਪਤਾ ਨਹੀਂ ਇਹ ਸਮੁੰਦਰ ਕਦੋਂ ਸ਼ਾਂਤ ਹੋਵੇਗਾ ਕਰਮੋ ਦੀ ਮਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਧੀ ਸੀ ਇਨੇ ਨੂੰ ਕਰਮੋ ਆਖਣ ਲੱਗੀ ਕਿ ਮਾਂ ਹੁਣ ਮੈਂ ਕਿਸੇ ਦੇ ਸਹਾਰੇ ਜ਼ਿੰਦਗੀ ਕੱਟਾਂਗੀ ਅੱਗੋ ਕਰਮੋ ਦੀ ਮਾਂ ਦਾ ਜਵਾਬ ਵੀ ਥੋੜਾ ਰੁੱਕ ਕੇ ਆਇਆ ਹੌਂਸਲਾ ਰੱਖ ਪੁੱਤ ਕੁਝ ਨਹੀਂ ਹੁੰਦਾ ਜੋ ਹੋਇਆ ਉਹ ਰੱਬ ਦੇ ਭਾਣੇ ਵਿੱਚ ਹੋਇਆ ਘਰ ਵਿੱਚ ਦਵਿੰਦਰ ਦੇ ਦੋਸਤਾਂ ਦਾ ਆਉਣਾ ਜਾਣਾ ਲੱਗੇ ਰਿਹਾ ਇੱਕ ਮਹੀਨਾ ਦੋ ਮਹੀਨੇ ਦਵਿੰਦਰ ਦੇ ਜਾਣ ਕਰ ਘਰ ਵਿੱਚ ਆਉਂਦੇ ਰਹੇ ਅਤੇ ਹੌਂਸਲਾ ਦੇ ਦੇ ਕੇ ਮੁੜਦੇ ਰਹੇ ਉਹ ਜਾਂਦੇ ਹੋਏ ਆਖਦੇ ਸੀ ਕੀ ਅਸੀਂ ਦਵਿੰਦਰ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਹਾਂ ਮਾਲੀ ਮਦਦ ਜ਼ਰੂਰ ਕਰ ਸਕਦੇ ਹਾਂ ਜੇਕਰ ਲੋੜ ਹੋਵੇ ਤਾਂ ਜ਼ਰੂਰ ਦੱਸਿਓ ਜੀ ਜਿਵੇਂ ਦਵਿੰਦਰ ਦੇ ਜਾਣ ਕਰ ਗੱਲਾਂ ਕਰਦੇ ਹੁੰਦੇ ਸੀ ਤਾਂ ਕਰਮੋ ਦਾ ਰੋਣਾ ਮੱਲੂ ਮੱਲੀ ਨਿਕਲ ਆਉਂਦਾ ਸੀ ਫਿਰ ਜਰ ਦਵਿੰਦਰ ਨੂੰ ਗਏ ਹੋਏ ਹਲੇ 4 ਕਮਹੀਨੇ ਹੀ ਹੋਏ ਸੀ ਇਹਨੇ ਨੂੰ ਕਰਮੋ ਦੇ ਪੇਕਿਆਂ ਵਾਲਿਆਂ ਨੇ ਕਰਮੋ ਨੂੰ ਆਪਣੇ ਕੋਲ ਬੁਲਾ ਲਿਆ ਸੀ ਕਰਮੋ ਦੀ ਵਿਆਹ ਤੋਂ ਪਹਿਲਾਂ ਵਾਲੀ ਜ਼ਿੰਦਗੀ ਫਿਰ ਤੋਂ ਸ਼ੁਰੂ ਹੋ ਚੁੱਕੀ ਸੀ ਆਪਣੀ ਮਾਂ ਦੇ ਨਾਲ ਥੋੜਾ ਥੋੜਾ ਕੰਮ ਕਰਵਾਉਣਾ ਕਰਮੋ ਨੇ ਸ਼ੁਰੂ ਕੀਤਾ ਅਤੇ ਦੂਜੇ ਪਾਸੇ ਕਰਮੋ ਦਾ ਪਿਓ ਕਰਮੋ ਵਾਸਤੇ ਵਧੀਆ ਜਿਹੇ ਰਿਸ਼ਤਾ ਲੱਭਣ ਵਾਸਤੇ ਮਸ਼ਰੂਫ ਸੀ ਰਿਸ਼ਤੇ ਮਿਲ ਰਹੇ ਸੀ ਪਰ ਕਰਮੋ ਦੇ ਸੁਭਾਅ ਦੇ ਮੁਤਾਬਿਕ ਰਿਸ਼ਤੇ ਨਹੀਂ ਮਿਲ ਰਹੇ ਸੀ ਇੱਕ ਦੂਰ ਦੁਰਾਡੇ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਬੰਦਾ ਕਰਮੋ ਵਾਸਤੇ ਰਿਸ਼ਤਾ ਲੈ ਕੇ ਆਇਆ ਘਰ ਵਿੱਚ ਆ ਕੇ ਉਸਨੇ ਦੱਸਿਆ ਕਿ ਹੈ ਮੁੰਡਾ ਬਹੁਤ ਸ਼ਰੀਫ ਅਤੇ ਉੱਚੇ ਸੁੱਚੇ ਖਾਨਦਾਨ ਦਾ ਹੈ ਵਚੂਲੇ ਨੇ ਮੁੰਡੇ ਦੀ ਤਾਰੀਫਾਂ ਦੇ ਪੁਲ ਬਣ ਕੇ ਰੱਖ ਦਿੱਤੇ ਕਰਮੋ ਦੇ ਘਰ ਵਾਲੇ ਚੁੱਪ ਚਾ ਵਚੂਲੇ ਦੀਆਂ ਗੱਲਾਂ ਸੁਣ ਰਹੀ ਸੀ ਉਧਰ ਕਰਮੋ ਦੇ ਦਿਲ ਉੱਤੇ ਇਹ ਗੱਲਾਂ ਹਥੌੜੇ ਵਾਂਗ ਵੱਜ ਰਹੀਆਂ ਸਨ ਕਿਉਂਕਿ ਹਲੇ ਬਹੁਤ ਥੋੜਾ ਸਮਾਂ ਹੋਇਆ ਸੀ ਦਵਿੰਦਰ ਦੀ ਮੌਤ ਨੂੰ ਕਰਮੋ ਨਹੀਂ ਸੀ ਚਾਹੁੰਦੀ ਕਿ ਉਸ ਦਾ ਰਿਸ਼ਤਾ ਇਨੀ ਜਲਦੀ ਹੋ ਜਾਵੇ ਕਿਉਂਕਿ ਹਲੇ ਉਮਰ ਵੀ ਸਾਢੇ 25 ਸਾਲ ਦੀ ਆ ਇਸ ਉਮਰ ਦੇ ਵਿੱਚ ਚੰਗੇ ਮਾੜੇ ਦੀ ਪਛਾਣ ਵੀ ਬਹੁਤ ਘੱਟ ਹੁੰਦੀ ਆ ਬਚੋਲਾ ਵੀ ਬਹੁਤ ਕਾਲੀ ਵਿੱਚ ਲੱਗ ਰਿਹਾ ਸੀ ਜਿਸ ਤਰ੍ਹਾਂ ਉਹ ਕਰਮੋ ਦੇ ਘਰ ਦੇ ਨੂੰ ਮਨਾ ਰਿਹਾ ਸੀ ਕਰਮੋ ਨੇ ਗੱਲ ਵਿੱਚ ਹੀ ਰੋਕ ਕੇ ਇਹ ਕਹਿ ਦਿੱਤਾ ਚਾਚਾ ਜੀ ਤੁਸੀਂ ਰਿਸ਼ਤੇ ਬਾਰੇ ਇਨੀ ਜਲਦੀ ਕਿਉਂ ਕਰ ਰਹੇ ਹੋ ਤੁਹਾਨੂੰ ਤਾਂ ਪਤਾ ਹੀ ਆ ਮੇਰੇ ਨਾਲ ਇਨਾ ਵੱਡਾ ਹਾਸਾ ਵਾਪਰ ਚੁੱਕਾ ਹਲੀਮਾ ਕੁਝ ਸਮਝਾਉਣੀ ਆ ਕਿਸੇ ਰਿਸ਼ਤੇ ਬਾਰੇ ਗੱਲ ਕਰਨ ਲਈ 4 ਮਹੀਨੇ ਗੁਜ਼ਰ ਜਾਣ ਤੋਂ ਬਾਅਦ ਕਰਮੋ ਦੇ ਮਨ ਵਿੱਚ ਖਿਆਲ ਆਇਆ ਕਿ ਮੇਰੀ ਸਾਰੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰੂ ਜਿਕਰ ਮੈਂ ਆਪਣੇ ਘਰ ਦੇਆਂ ਦਾ ਕਹਿਣਾ ਨਾ ਮੰਨਿਆ ਇੱਕ ਦਿਨ ਫਿਰ ਕਰਮੋ ਦੀ ਮਾਂ ਨੇ ਕਰਮੋ ਨੂੰ ਸੱਦ ਕੇ ਪੁੱਛਿਆ ਕਿ ਪੁੱਤਰ ਤੇਰਾ ਕੀ ਵਿਚਾਰ ਹੈ ਕਰਮੋ ਨੇ ਨੀਮੀ પા ਕੇ ਮਾਂ ਨੂੰ ਆਖ ਦਿੱਤਾ ਜਿੱਦਾਂ ਜੋ ਤੁਹਾਨੂੰ ਠੀਕ ਲੱਗਦਾ ਹੈ ਤੁਸੀਂ ਕਰ ਲਵੋ ਮੈਂ ਤਿਆਰ ਹਾਂ ਕਰਮੋ ਦੀ ਮਾਂ ਨੇ ਫਿਰ ਇੱਕ ਠੰਡਾ ਜਿਹਾ ਹੌਂਕਾ ਭਰਿਆ ਅਤੇ ਕਰਮੋ ਦੇ ਪਿਓ ਨੂੰ ਸੱਦ ਕੇ ਵਿਚੋਲੇ ਨਾਲ ਦੁਬਾਰਾ ਗੱਲ ਕਰਨ ਲਈ ਆਖਿਆ ਵਚੋਲੇ ਨੇ ਫੋਨ ਕਰਕੇ ਗੱਲ ਆਖ ਦਿੱਤੀ ਗਈ ਕਿ ਜਿੰਨਾ ਜਲਦੀ ਹੋਵੇ ਤੁਸੀਂ ਕਰਮੋ ਦਾ ਰਿਸ਼ਤਾ ਤੈਅ ਕਰ ਦਿਓ ਹੁਣ ਰਿਸ਼ਤਾ ਕਰਨ ਦੇ ਲਈ ਤਿਆਰ ਹੈ ਵਚੋਲੇ ਨੇ ਮੁੰਡੇ ਵਾਲਿਆਂ ਕੋਲ ਜਾ ਕੇ ਗੱਲ ਕੀਤੀ ਤੇ ਮੁੰਡੇ ਵਾਲੇ ਤਾਂ ਪਹਿਲਾਂ ਹੀ ਤਿਆਰ ਬੈਠੇ ਸੀ ਕਿ ਸਾਨੂੰ ਕੋਈ ਸ਼ਰੀਫ ਅਤੇ ਚੰਗੇ ਘਰ ਦੀ ਧੀ ਮਿਲ ਜਾਵੇ ਉਹਨਾਂ ਦੀ ਇਹ ਰੀਜ ਲਗਭਗ ਪੂਰੀ ਹੋਣ ਜਾ ਰਹੀ ਸੀ ਸਿਰਫ ਇੱਕ ਸ਼ਰਤ ਕਰਮੋ ਦੀ ਵੀ ਸੀ ਕਿ ਹੁਣ ਜੋ ਵੀ ਵਿਆਹ ਹੋਵੇਗਾ ਉਹ ਬਹੁਤ ਜ਼ਿਆਦਾ ਸਾਦਾ ਹੀ ਹੋਣਾ ਚਾਹੀਦਾ ਹੈ ਉਸ ਵਿੱਚ ਕੋਈ ਢੋਲ ਠਮੱਕੇ ਨਹੀਂ ਹੋਣੇ ਚਾਹੀਦੇ ਮੈਨੂੰ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਹਾਜ਼ਰ ਹਜੂਰ ਹੋ ਕੇ ਚਾਰ ਲਾਮਾ ਲੈ ਕੇ ਇਹ ਰਿਸ਼ਤਾ ਕਰਵਾਉਣਾ ਮਨਜ਼ੂਰ ਹੈ ਨਾ ਕਿ ਫਾਲਤੂ ਦੇ ਸ਼ਗਨ ਕਰਕੇ ਸਾਰੀਆਂ ਸ਼ਰਤਾਂ ਮੰਨ ਲਈਆਂ ਗਈਆਂ ਕਿਉਂਕਿ ਕਰਮੋ ਦੇ ਵਿੱਚ ਉਹ ਸਾਰੇ ਗੁਣ ਸੀ ਜੋ ਇੱਕ ਸੰਪੂਰਨ ਕਰਦੀ ਇਸਤਰੀ ਦੇ ਵਿੱਚ ਹੋਣੇ ਚਾਹੀਦੇ ਹਨ ਉਹ ਕੋਈ ਕੰਮ ਹੈ ਹੀ ਨਹੀਂ ਸੀ ਜਿਹੜਾ ਘਰ ਦੇ ਵਿੱਚ ਕਰਮੋ ਨੂੰ ਨਾ ਆਉਂਦਾ ਹੋਵੇ ਰਸੋਈ ਤੋਂ ਲੈ ਕੇ ਘਰ ਦਾ ਹਰ ਇੱਕ ਕੰਮ ਹੋਰ ਚੰਗੀ ਤਰ੍ਹਾਂ ਜਾਣਦੀ ਸੀ ਜਿਹੜਾ ਕੰਮ ਕਿਸੇ ਸਮੇਂ ਅਤੇ ਕਿਸ ਤਰ੍ਹਾਂ ਕਰਨਾ ਹੈ ਉਸ ਨੂੰ ਬਖੂਬੀ ਆਉਂਦਾ ਸੀ ਅਤੇ ਕਰਮੋ ਦਾ ਦੂਜਾ ਵਿਆਹ ਬੜੇ ਹੀ ਸਾਦੇ ਢੰਗ ਦੇ ਨਾਲ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਾਜ਼ਰ ਹੋ ਕੇ ਚਾਰ ਲਾਮਾਂ ਲਈਆਂ ਗਈਆਂ ਤੇ ਪ੍ਰਣ ਕੀਤਾ ਗਿਆ ਤੇ ਕਰਮੋ ਦੇ ਦੂਜੇ ਪਤੀ ਦਾ ਨਾਂ ਨੂਰਦੀਪ ਸੀ ਬੇਖਨ ਵਿੱਚ ਤਾਂ ਬਹੁਤ ਸੋਹਣਾ ਸੁਨੱਖਾ ਲੱਗ ਰਿਹਾ ਸੀ। ਕਰਮੋ ਦੇ ਮਨ ਵਿੱਚ ਇਹ ਖਿਆਲ ਵੀ ਚੱਲ ਰਿਹਾ ਸੀ ਕਿ ਕਾਸ਼ ਇਹ ਮੁੰਡਾ ਦਵਿੰਦਰ ਵਰਗਾ ਹੀ ਹੋਵੇ ਜਿਹੜਾ ਮੈਨੂੰ ਬਹੁਤ ਪਿਆਰ ਕਰੇ। ਪਹਿਲਾਂ ਪਹਿਲ ਕਿਸੇ ਦਾ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਤਰ੍ਹਾਂ ਦੇ ਸੁਭਾਅ ਦਾ ਮਾਲਕ ਹੁੰਦਾ ਹੈ। ਉਸ ਦੇ ਨਾਲ ਵਰਤ ਕੇ ਹੀ ਪਤਾ ਚੱਲਦਾ ਕਿ ਉਸ ਨੂੰ ਬੋਲਣ ਦਾ, ਕਿਸੇ ਨਾਲ ਵਰਤਣ ਦਾ ਕਿੰਨਾ ਟੰਗ ਹੁੰਦਾ ਹੈ। ਕਰਮੋ ਫਿਰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਦਵਿੰਦਰ ਦੇ ਘਰ ਵਿੱਚ ਭੱਜ-ਭੱਜ ਕੇ ਕੰਮ ਕਰਦੀ ਸੀ ਕੁਝ ਸਮਾਂ ਪਾ ਕੇ ਨੂਰਦੀਪ ਦੇ ਘਰ ਉਸੇ ਤਰ੍ਹਾਂ ਕੰਮ ਕਰਨ ਲੱਗ ਪਈ ਨੂਰਦੀਪ ਕਦੇ-ਕਦਾਈ ਥੋੜਾ ਬਾਅਦ ਲੇਟ ਹੋ ਜਾਇਆ ਕਰਦਾ ਸੀ ਅਤੇ ਕਰਮੋ ਉਸ ਨੂੰ ਬੜੇ ਪਿਆਰ ਨਾਲ ਸਮਝਾਉਂਦੀ ਸੀ ਜੇ ਤੁਸੀਂ ਲੇਟ ਨਾ ਹੋਇਆ ਕਰੋ ਘਰ ਜਲਦੀ ਆ ਜਾਇਆ ਕਰੋ ਕਈ ਦਿਨ ਤਾਂ ਇੱਦਾਂ ਹੀ ਚੱਲਦਾ ਰਿਹਾ ਦੋਵੇਂ ਬੜੇ ਹੀ ਪਿਆਰ ਨਾਲ ਰਹਿੰਦੇ ਰਹੇ ਅਤੇ ਇੱਕ ਦਿਨ ਨੂਰਦੀਪ ਆਪਣੇ ਦੋਸਤਾਂ ਨਾਲ ਘੁੰਮਣ ਵਾਸਤੇ ਦੋ ਦਿਨ ਦੇ ਟੂਰ ਤੇ ਸ਼ਿਮਲਾ ਚ ਲੱਗ ਗਿਆ ਹਲੇ ਕਰਮੋ ਦੇ ਦੂਜੇ ਵਿਆਹ ਨੂੰ 2 ਮਹੀਨੇ ਹੀ ਹੋਏ ਸੀ ਕਿ ਨੂਰਦੀਪ ਨੇ ਇਕੱਲੇ ਹੀ ਆਪਣੀ ਦੋਸਤਾਂ ਨਾਲ ਸ਼ਿਮਲੇ ਜਾਣ ਦਾ ਫੈਸਲਾ ਕੀਤਾ ਕਰਮੋ ਨੂੰ ਨੂਰਦੀਪ ਦਾ ਇਹ ਫੈਸਲਾ ਸਹੀ ਨਹੀਂ ਸੀ ਲੱਗ ਰਿਹਾ ਪਰ ਨੂਰਦੀਪ ਦੀ ਜਿੱਦ ਅੱਗੇ ਉਹ ਵਿਚਾਰੀ ਕੀ ਕਰਦੀ ਕਰਮੋ ਨੇ ਆਪਣੀ ਸੱਸ ਨਾਲ ਗੱਲ ਕਰਕੇ ਨੂਰਦੀਪ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕਿਆ ਜਦੋਂ ਨੂਰਦੀਪ ਸ਼ਿਮਲੇ ਪਹੁੰਚਿਆ ਤਾਂ ਉਹਨਾਂ ਨੇ ਉੱਥੇ ਇੱਕ ਕਮਰਾ ਬੁੱਕ ਕਰ ਲਿਆ ਅਤੇ ਉਹਨਾਂ ਚਾਰ ਦੋਸਤਾਂ ਵਿੱਚੋਂ ਇੱਕ ਦੋਸਤ ਦਾ ਨਾਂ ਕਰਨ ਸੀ ਨੂਰਦੀਪ ਨੂੰ ਨਹੀਂ ਪਤਾ ਸੀ ਕਿ ਕਰਨ ਨੂੰ ਬਹੁਤ ਮਾੜੀਆਂ ਆਤਤਾਂ ਲੱਗ ਚੁੱਕੀਆਂ ਸਨ ਉਹ ਤਾਂ ਬਸ ਆਪਣਾ ਯਾਰ ਦੋਸਤ ਸਮਝ ਕੇ ਉਹਨਾਂ ਨਾਲ ਜਾਣ ਲਈ ਤਿਆਰ ਹੋ ਚੁੱਕਿਆ ਸੀ ਕਰਨ ਸਮਨ ਅਤੇ ਸੁਲਤਾਨ ਤਿੰਨ ਯਾਰ ਦੋਸਤ ਨੂਰਦੀਪ ਦੇ ਨਾਲ ਸ਼ਿਮਲੇ ਦੇ ਅੰਦਰ ਇੱਕ ਹੋਟਲ ਵਿੱਚ ਰਹਿ ਰਹੇ ਸਨ ਅਤੇ ਉਹ ਤਿੰਨ ਯਾਰ ਦੋਸਤਾਂ ਦੀ ਸੋਚ ਇੱਕ ਸੀ ਪਰ ਨੂਰਦੀਪ ਉਹਨਾਂ ਵਿੱਚੋਂ ਬਹੁਤ ਸਮਝਦਾਰ ਸੀ ਤੇ ਉਹਨਾਂ ਤਿੰਨਾਂ ਯਾਰਾਂ ਦੋਸਤਾਂ ਨੇ ਨੂਰਦੀਪ ਨੂੰ ਇੱਕ ਸਲਾਹ ਦਿੱਤੀ ਕਿ ਇਸ ਹੋਟਲ ਵਿੱਚ ਜੇਕਰ ਅਸੀਂ ਚਾਹਦੇ ਹਾਂ ਤਾਂ ਪੈਸਿਆਂ ਵਿੱਚ ਔਰਤ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ ਜਦੋਂ ਇਹ ਗੱਲ ਨੂਰਦੀਪ ਨੇ ਸੁਣੀ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਨਹੀਂਆਂ ਖੁੱਲੀਆਂ ਰਹਿ ਗਈਆਂ ਯਾਰ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਹਾਨੂੰ ਮੈ ਇਹੋ ਜਿਹਾ ਲੱਗਦਾ ਕਿ ਮੈਂ ਤੁਹਾਡੇ ਨਾਲ ਇਹੋ ਜਿਹੇ ਕੰਮ ਕਰਨ ਵਾਸਤੇ ਇੱਥੇ ਆਇਆ ਥੋੜਾ ਦਿਮਾਗ ਵੀ ਕੰਮ ਕਰ ਰਿਹਾ ਹੈ ਨੂਰਦੀਪ ਨੇ ਬੜੇ ਹੀ ਗੁੱਸੇ ਵਿੱਚ ਇਹ ਲਫ਼ਜ਼ ਆਪਣੇ ਤਿੰਨ ਯਾਰ ਦੋਸਤਾਂ ਨੂੰ ਬੜੇ ਹੀ ਕਾੜੀ ਤਾੜਨਾ ਵਿੱਚ ਕਹੇ ਮੈਂ ਤੁਹਾਡੇ ਨਾਲ ਇੱਥੇ ਘੁੰਮਣ ਫਿਰਨ ਅਤੇ ਸ਼ਿਮਲੇ ਨੂੰ ਵੇਖਣ ਵਾਸਤੇ ਆਇਆ ਹਾਂ ਜੇਕਰ ਮੈਨੂੰ ਇਹ ਪਤਾ ਹੁੰਦਾ ਕਿ ਤੁਸੀਂ ਇਹੋ ਜਿਹਾ ਘਟਿਆ ਕੰਮ ਕਰਨ ਵਾਸਤੇ ਇੱਥੇ ਆਏ ਹੋ ਤਾਂ ਮੈਂ ਤੁਹਾਡੇ ਨਾਲ ਕਦੇ ਵੀ ਨਾ ਆਂਦਾ ਰਹੀ ਗੱਲ ਯਾਰੀ ਦੋਸਤੀ ਦੀ ਕੰਨ ਖੋਲ ਕੇ ਸੁਣ ਲਓ ਯਾਰੀ ਦੋਸਤੀ ਆਪਣੀ ਜਗ੍ਹਾ ਤੇ ਇੱਜ਼ਤ ਆਨ ਮਾਨ ਸਨਮਾਨ ਆਬਰੂ ਇਹ ਅਜਿਹੇ ਰੁੱਤਵੇ ਹੁੰਦੇ ਹਨ ਜਿਨ੍ਹਾਂ ਨੂੰ ਬਣਾਉਣ ਵਾਸਤੇ ਲੋਕਾਂ ਦੀਆਂ ਪੁਸ਼ਤਾਂ ਲੱਗ ਜਾਂਦੀਆਂ ਹਨ ਤੁਸੀਂ ਕਿਰਪਾ ਕਰਕੇ ਅਜਿਹੇ ਕੰਮਾਂ ਤੋਂ ਬਾਹਰ ਆ ਜਾਓ ਨਹੀਂ ਤਾਂ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਭੈੜੇ ਹੋਣਗੇ ਜਦੋਂ ਅਜਈਆਂ ਗੱਲਾਂ ਨੂਰਦੀਪ ਨੇ ਉਹਨਾਂ ਨੂੰ ਸੁਣਾਈਆਂ ਤਾਂ ਉਹਨਾਂ ਵਿੱਚੋਂ ਕਰਨ ਨਾਮ ਦਾ ਮੁੰਡਾ ਬੋਲਿਆ ਕਿ ਯਾਰ ਤੂੰ ਤਾਂ ਬੜਾ ਜਲਦੀ ਗਰਮ ਹੋ ਜਾਂਦਾ ਸਾਡਾ ਇਹ ਮਤਲਬ ਥੋੜਾ ਸੀ ਇਹਨੇ ਉਹ ਤਿੰਨ ਯਾਰ ਦੋਸਤਾਂ ਨੇ ਹਾਸੇ-ਹਾਸੇ ਵਿੱਚ ਸਾਰੀ ਗੱਲ ਟਾਲ ਦਿੱਤੀ ਤੇ ਕਹਿਣ ਲੱਗੀ ਕਿ ਯਾਰ ਅਸੀਂ ਤਾਂ ਮਜ਼ਾਕ ਕਰਦੇ ਸੀ ਤੂੰ ਤਾਂ ਸੱਚਮੁੱਚ ਹੀ ਮੰਨ ਲਿਆ ਅਤੇ ਦੂਜੇ ਪਾਸੇ ਨੂਰਦੀਪ ਦੀਆਂ ਅੱਖਾਂ ਵਿੱਚ ਕਰਮੋ ਦੀ ਤਸਵੀਰ ਬਣ ਚੁੱਕੀ ਸੀ ਜਦੋਂ ਅਚੇਹੀ ਕਲ ਅਧੇ ਦੋਸਤਾਂ ਨੇ ਨੂਰਦੀਪ ਨੂੰ ਕਹੀਏ ਨੂਰਦੀਪ ਦਾ ਖਿਆਲ ਸਿੱਧਾ ਕਰਮੋ ਵੱਲ ਗਿਆ ਅਤੇ ਸੋਚਣ ਲੱਗ ਪਿਆ ਤੇਰੇ ਜੇਕਰ ਕਰਮੋ ਅੱਜ ਇੱਥੇ ਮੇਰੇ ਨਾਲ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ ਅਸੀਂ ਦੋਵੇਂ ਰਲ ਕੇ ਹਾਸਤੇ ਖੇਡਦੇ ਹੋਏ ਸਾਰਾ ਸ਼ਿਮਲਾ ਘੁੰਮਦੇ ਅਤੇ ਇੱਕ ਦੂਜੇ ਨਾਲ ਗੱਲਾਂ-ਵਾਟਾਂ ਕਰਦੇ। ਨੂਰਦੀਪ ਬਹੁਤ ਅਮੀਰ ਘਰ ਦਾ ਮੁੰਡਾ ਸੀ। ਇਸ ਕਰਕੇ ਉਸਤੇ ਦੋਸਤਾਂ ਦੀ ਅੱਖ ਉਸ ਨਾਲ ਲਿਆਈ ਹੋਈ 50000 ਉੱਤੇ ਟਿੱਕੀ ਸੀ। ਉਸਦੇ ਯਾਰ ਦੋਸਤ ਬਾਰ-ਬਾਰ ਕਹਿ ਦਿੰਦੇ ਸੀ ਕਿ ਯਾਰ ਆਓ ਚੱਲੀਏ, ਕੁਝ ਖਾਣ ਪੀਣ। ਪਰ ਨੂਰਦੀਪ ਬੜੇ ਹੀ ਸਮਝਦਾਰੀ ਨਾਲ ਹਮੇਸ਼ਾ ਪੈਸੇ ਖਰਚਦਾ ਸੀ। ਅਤੇ ਉਸਦੇ ਯਾਰ ਦੋਸਤ ਨੂਰਦੀਪ ਦੀ ਗੱਡੀ ਵਿੱਚ ਹੀ ਘੁੰਮਣ ਵਾਸਤੇ ਸ਼ਿਮਲੇ ਆਏ ਨੂਰਦੀਪ ਤੇ ਯਾਰ ਦੋਸਤ ਇੱਕ ਆਮ ਪਰਿਵਾਰ ਵਿੱਚੋਂ ਸਨ ਅਤੇ ਉਹਨਾਂ ਵਿੱਚੋਂ ਕਿਸੇ ਦਾ ਹਲੇ ਤੱਕ ਵਿਆਹ ਨਹੀਂ ਸੀ ਹੋਇਆ ਅਤੇ ਦੂਜੇ ਪਾਸੇ ਨੂਰਦੀਪ ਦਾ ਵਿਆਹ ਕਰਮੋਂ ਨਾਲ ਹੋ ਚੁੱਕਿਆ ਸੀ ਅਤੇ ਨੂਰਦੀਪ ਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਨਸ਼ੇ ਨੂੰ ਹੱਥ ਨਹੀਂ ਲਗਾਇਆ ਸੀ ਪਰ ਉਸਦੇ ਤਿੰਨ ਯਾਰ ਦੋਸਤ ਨਸ਼ਾ ਕਰ ਲੈਂਦੇ ਸੀ ਨੂਰਦੀਪ ਤੇ ਯਾਰ ਦੋਸਤਾਂ ਨੇ ਸਲਾਹ ਬਣਾਈ ਕਿਉਂ ਨਾ ਸੀ ਬਾਹਰ ਠੇਕੇ ਤੋਂ ਸ਼ਰਾਬ ਦੀ ਇੱਕ ਬੋਤਲ ਖਰੀਦ ਕੇ ਲੈ ਆਈਏ ਉਹਨਾਂ ਨੇ ਚੋਰੀ-ਚੋਰੀ ਨੂਰਦੀਪ ਤੋਂ ਪੁੱਛੇ ਬਿਨਾ 450 ਰੁਪਏ ਵਾਲੀ ਸ਼ਰਾਬ ਦੀ ਬੋਤਲ ਖਰੀਦ ਲਿਆਏ ਅਤੇ ਰਾਤ ਦਾ ਵੇਲਾ ਹੋਇਆ ਤਾਂ ਯਾਰ ਦੋਸਤਾਂ ਨੇ ਬੋਤਲ ਕੱਢ ਕੇ ਮੇਜ਼ 'ਤੇ ਰੱਖ ਦਿੱਤੀ ਨੂਰਦੀਪ ਨੇ ਕਿਹਾ ਭਰਾਵਾ ਹੁਨੇੜੇ ਆਉਣ ਦਾ ਕੀ ਲਵੇਂਗਾ ਜਦੋਂ ਨੂਰਦੀਪ ਨੇ ਬੋਤਲ ਮੇਜ਼ 'ਤੇ ਪਈ ਵੇਖੀ ਤਾਂ ਆਪਣੇ ਮੱਥੇ ਉੱਤੇ ਹੱਥ ਮਾਰ ਕੇ ਕਿਹਾ ਬਸ ਆਹੇ ਕਸਰ ਰਹਿ ਗਈ ਸੀ ਯਾਰ ਕੁਝ ਤਾਂ ਸ਼ਰਮ ਕਰ ਲਵੋ ਤੁਸੀਂ ਇੱਥੇ ਸ਼ਿਮਲੇ ਦਾ ਆਨੰਦ ਮਾਣਨਾ ਆਪਣੇ ਆਪ ਨੂੰ ਗਰਕ ਕਰਨਾ ਕੁਝ ਤਾਂ ਸੋਚ ਵਿਚਾਰ ਕਰੋ ਉਹਨਾਂ ਵਿੱਚ ਕਰਨ ਕਹਿਣ ਲੱਗਿਆ ਕਦੇ ਕਦਾਈ ਤਾ ਲਾ ਲੈਣੀ ਚਾਹੀਦੀ ਆ ਅਸੀਂ ਇੰਜ ਥੋੜਾ ਕਰਦੇ ਆ ਰੋਜ਼ ਹੀ ਖੋਲ ਕੇ ਬਹਿ ਜਾਈਏ ਬਾਕੀ ਰਹੀ ਗੱਲ ਯਾਰ ਤੂੰ ਸਾਡਾ ਇੱਕ ਪੱਕਾ ਯਾਰ ਆ ਜੇਕਰ ਤੈਨੂੰ ਸਾਡੀ ਯਾਰੀ ਤੇ ਭਰੋਸਾ ਤਾਂ ਸਾਡੇ ਨਾਲ ਆ ਕੇ ਬਹਿ ਜਾ ਤੂੰ ਚਾਹੇ ਨਾ ਪੀਵੇਂ ਤੈਨੂੰ ਅਸੀਂ ੱੱਕੇ ਨਾਲ ਥੋੜੀ ਪਿਉਣੀ ਆ ਬਾਕੀ ਯਾਰੀ ਦੋਸਤੀ ਦੇ ਵਾਸਤੇ ਪਾਏ ਗਏ ਤੇ ਨੂਰਦੀਪ ਉਹਨਾਂ ਨਾਲ ਬਹਿਣ ਵਾਸਤੇ ਤਿਆਰ ਹੋ ਗਿਆ ਉਸਦੇ ਯਾਰ ਦੋਸਤ ਅੱਧਾ ਅੱਧਾ ਪੈਕ ਕਰਕੇ ਲਾਉਂਦੇ ਰਹੇ ਤੇ ਫਿਰ ਨੂਰਦੀਪ ਨੂੰ ਕਹਿਣ ਲੱਗ ਪਏ ਅਸੀਂ ਤੈਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਕਿਹਾ ਕਿ ਤੂੰ दारू ਪੀ ਪਰ ਅੱਜ ਅਸੀਂ ਤੈਨੂੰ ਸਾਡੀ ਯਾਰੀ ਦੋਸਤੀ ਦਾ ਵਾਸਤਾ ਪਾ ਕੇ ਕਹਿਣ ਲੱਗੇ ਹਾਂ ਕਿ ਇੱਕ ਵਾਰ ਲਾ ਲ ਨੂਰਦੀਪ ਮਨ ਕਰਦਾ ਰਿਹਾ ਮਨ ਕਰਦਾ ਰਿਹਾ ਪਰ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਨੂਰਦੀਪ ਨੂੰ ਇੱਕ ਪੈਗ ਲਾਉਣ ਵਾਸਤੇ ਮਨਾ ਹੀ ਲਿਆ ਨੂਰਦੀਪ ਕਹਿਣ ਲੱਗਾ ਕਿ ਮੈਂ ਸਿਰਫ ਇੱਕ ਹੀ ਲਾਉਂਗਾ ਉਹ ਵੀ ਤੁਹਾਡੇ ਕਰਕੇ ਉਸ ਤੋਂ ਬਾਅਦ ਕੁਝ ਵੀ ਨਹੀਂ ਠੀਕ ਆ ਫਿਰ ਉਸਦੇ ਯਾਰ ਦੋਸਤ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਠੀਕ ਆ ਉਹਨਾਂ ਨੇ ਨੂਰਦੀਪ ਦੇ ਗਲਾਸ ਵਿੱਚ दारू ਜ਼ਿਆਦਾ ਅਤੇ ਪਾਣੀ ਬਹੁਤ ਘੱਟ ਪਾਇਆ ਅਤੇ ਜਦੋਂ ਨੂਰਦੀਪ ਗਲਾਸ ਚੁੱਕ ਕੇ ਪੀਣ ਹੀ ਲੱਗਿਆ ਸੀ ਅਚਾਨਕ ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ। ਇੱਕ ਹੱਥ ਵਿੱਚ दारू ਅਤੇ ਦੂਜੇ ਹੱਥ ਵਿੱਚ ਕਰਮੋ ਦਾ ਘਰੋਂ ਫੋਨ ਆ ਰਿਹਾ ਸੀ। ਨੂਰਦੀਪ ਦਾ दारू ਵਾਲਾ ਗਲਾਸ ਮੂੰਹ ਵੱਲ ਜਾਂਦਾ ਜਾਂਦਾ ਰੁਕ ਗਿਆ ਅਤੇ ਆਪਣੇ ਯਾਰਾਂ ਦੋਸਤਾਂ ਨੂੰ ਕਹਿਣ ਲੱਗਾ ਹੈ, ਇੱਕ ਮਿੰਟ ਯਾਰੋ, ਮੇਰਾ ਘਰੋਂ ਕਾਲ ਆ ਰਿਹਾ ਹੈ। ਮੈਂ ਮਾੜੀ ਚ ਹੀ ਗੱਲ ਕਰ ਲਵਾਂ। ਉਹਨਾਂ ਵਿੱਚੋਂ ਕਰਨ ਨਾਮ ਦਾ ਮੁੰਡਾ ਬੋਲਿਆ, ਯਾਰ, ਪੈਗ ਹੀ ਤਾ ਹੈ। ਖਿੱਚਦੇ ਜਲਦੀ ਜਲਦੀ, ਬਾਅਦ ਵਿੱਚ ਕਰ ਲਮੀ ਗੱਲ। ਸੰਮਨ ਨੇ ਕਿਹਾ ਕਿ ਅੱਖਾਂ ਬੰਦ ਕਰਕੇ ਖਿੱਚ ਦੇ ਜਲਦੀ ਫਿਰ ਕੀ ਸੀ ਨੂਰਦੀਪ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਆਪਣੇ ਬੁੱਲਾਂ ਨੂੰ ਗਲਾਸ ਲਗਾਇਆ ਅਤੇ ਇੱਕ ਕਦਮ ਉੱਤੇ ਚੁੱਕ ਦਿੱਤਾ ਨੂਰਦੀਪ ਨੇ ਜਰੂਰ दारू ਦਾ ਘੋਟ ਪੀਤੀ ਤਾਂ ਉਸ ਦੀਆਂ ਅੱਖਾਂ ਵਿੱਚ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਨਿੰਮ ਦੇ ਪੱਤੇ ਨਿਚੋੜ ਦਿੱਤੇ ਹੋਣ ਇੰਨੇ ਨੂੰ ਕਰਮੋ ਦੇ ਫੋਨ ਦੀ ਘੰਟੀ ਬੰਦ ਹੋ ਚੁੱਕੀ ਸੀ ਤੇ ਨੂਰਦੀਪ ਨੂੰ ਇੱਕ ਅਲੱਗ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਿਆ ਸੀ ਜਿਹੜਾ ਉਸ ਨੂੰ ਇਸ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਹੋਇਆ ਸੀ ਉਸ ਦੇ ਯਾਰ ਦੋਸਤ ਮਨੋਂ ਮਨ ਉਹ ਖੁਸ਼ ਹੋ ਰਹੇ ਸਨ ਕਿ ਜਿਸ ਬੰਦੇ ਨੇ ਸ਼ਰਾਬ ਨੂੰ ساری ਜ਼ਿੰਦਗੀ ਹੱਥ ਨਹੀਂ ਲਗਾਇਆ ਅੱਜ ਉਹ ਇੱਕ ਤਾਕੜਾ ਪੈਗ ਲਾ ਲਿਆ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਨਾਵਲ ਨੂੰ ਪੂਰਾ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਚੈਨਲ ਨੂੰ ਜੁੜੇ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਲੱਗੀ